ਸਵਾਗਤ ਕਰਦਾ ਹਾਂ ਵੀਰਾਂ ਅਤੇ ਭੈਣਾਂ ਦਾ ਤੁਹਾਡੇ ਆਪਦੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ, ਜਿਹਦੇ ਵਿੱਚ ਪੰਜਾਬ ਦੇ ਵਿੱਚ 540 ਪੋਸਟਾਂ ਨਵੀਆਂ ਜਿਹੜੀਆਂ ਭਰਤੀ ਦੀਆਂ ਆਊਟ ਕਰ ਦਿੱਤੀਆਂ ਗਈਆਂ ਨੇ। ਉਹਨਾਂ ਲਈ ਕਦੋਂ ਅਪਲਾਈ ਕਰਨਾ ਸ਼ੁਰੂ ਹੋਏਗਾ, ਕਿੱਦਾਂ ਅਪਲਾਈ ਕਰਨਾ, ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਕਿਹੜੀਆਂ ਕਿਹੜੀਆਂ ਭਰਤੀਆਂ ਨੇ। ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਅਤੇ ਨਾਲ ਦੀ ਨਾਲ ਅਗਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰੀ ਆ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਦਿਓ। ਉਹਦੇ ਨਾਲ ਤੁਹਾਨੂੰ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜਾ ਹੈ ਉਹ ਟਾਈਮ 'ਤੇ ਮਿਲਦਾ ਰਹੇਗਾ, ਅਤੇ ਤੁਸੀਂ ਸਮੇਂ ਰਹਿੰਦੇ ਉਹਨੂੰ ਅਪਲਾਈ ਵੀ ਕਰ ਪਾਓਗੇ। ਮੈਂ ਤੁਹਾਡੇ ਲਈ ਹਰ ਇੱਕ ਤਰ੍ਹਾਂ ਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਹੁੰਦਾ ਹੀ ਰਹਿੰਦਾ ਹਾਂ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਚਾਹੇ ਉਹ ਪ੍ਰਾਈਵੇਟ ਹੋਵੇ, ਗੌਰਮੈਂਟ ਹੋਵੇ ਜਾਂ ਸੈਮੀ ਗੌਰਮੈਂਟ ਹੋਵੇ। ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਾਉਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਜੀ। ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਇਨਬੋਕਸ ਦੇ ਵਿੱਚ ਮਿਲ ਜਾ ਕਰੇਗਾ, ਤੁਸੀਂ ਉੱਥੋਂ ਵੀਡੀਓ ਦੇ ਵਿੱਚ ਪੂਰੀ ਡਿਟੇਲ ਚੈੱਕ ਕਰਕੇ ਅਪਲਾਈ ਕਰ ਸਕੋਗੇ। ਅਤੇ ਤੁਸੀਂ ਅਗਰ ਚਾਹੁੰਦੇ ਹੋ, ਤੁਹਾਡੇ ਲਈ ਤੁਸੀਂ ਕੋਈ ਸਪੈਸੀਫਿਕ ਵੀਡੀਓ ਚਾਹੁੰਦੇ ਹੋ ਜਿਨ੍ਹਾਂ ਲਈ ਭਰਤੀਆਂ ਦੀ ਰਿਕਰੂਟਮੈਂਟ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਚਾਹੁੰਦੇ ਹੋ, ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਤੁਹਾਡੇ ਕਮੈਂਟ ਦੇ ਅਕੋਰਡਿੰਗਲੀ ਜਿਹੜੀ ਹੈ ਵੀਡੀਓ ਬਣਾ ਕੇ ਜ਼ਰੂਰ ਪਾਵਾਂਗੇ। ਔਰ ਇਸ ਤੋਂ ਇਲਾਵਾ ਦੱਸਣਾ ਚਾਹਾਂਗਾ, ਹੋਰ ਕਈ 3 ਤੋਂ 4 ਨਵੀਆਂ ਰਿਕਰੂਟਮੈਂਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਵੀਡੀਓ ਮੈਂ ਬਣਾ ਦਿੱਤੀ ਹੈ, ਔਰ ਤੁਸੀਂ ਸਾਡੇ ਚੈਨਲ 'ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਿਕਰੂਟਮੈਂਟ ਦੇ ਨੋਟੀਫਿਕੇਸ਼ਨ ਜਿਹੜੇ ਥੋੜ੍ਹੇ ਘੱਟ ਗਏ ਨੇ, ਔਰ ਲੋਕਡਾਊਨ ਦੀ ਸਿਚੁਏਸ਼ਨ ਜਿਹੜੀ ਹੈ ਬਣੀ ਹੋਈ ਹੈ ਜੀ। ਸੋ ਇਸ ਦੇ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਲਈ ਜਿਹੜੀਆਂ ਨੇ ਵਰਕ ਫਰੋਮ ਹੋਮ ਫੈਸਿਲਿਟੀ ਜਿਹੜੀਆਂ ਵੀ ਰਿਕਰੂਟਮੈਂਟ ਹੋਣਗੀਆਂ, ਮੈਂ ਤੁਹਾਡੇ ਲਈ ਲੈ ਕੇ ਜ਼ਰੂਰ ਆਵਾਂਗਾ। ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇੱਦਾਂ ਦੀਆਂ ਰਿਕਰੂਟਮੈਂਟ ਲੈ ਕੇ ਆਵਾਂ ਜਿਹੜੀਆਂ ਤੁਸੀਂ ਘਰ ਬੈਠ ਕੇ ਕਰ ਸਕੋ, ਅਤੇ ਤੁਸੀਂ ਲੋਕਡਾਊਨ ਦੇ ਵਿੱਚ ਵੀ ਪੈਸੇ ਕਮਾ ਸਕੋ। ਬਹੁਤ ਸਾਰੀਆਂ ਪ੍ਰਾਈਵੇਟ ਫਰਮਸ ਨੇ ਜਿਨ੍ਹਾਂ ਨੇ ਵਰਕ ਫਰੋਮ ਹੋਮ ਹੁਣ ਕਰਨਾ ਸ਼ੁਰੂ ਕਰ ਦਿੱਤਾ ਹੈ, ਮਤਲਬ ਕਿ ਚਾਹੇ ਉਹ ਪਰਮਾਨੈਂਟ ਜੋਬ ਹੀ ਨੇ, ਰੈਗੂਲਰ ਪੋਸਟਾਂ ਨੇ, ਪਰ ਵਰਕ ਫਰੋਮ ਹੋਮ ਸਟਾਰਟ ਹੋ ਸਕਦੀਆਂ ਨੇ ਟ੍ਰੇਨਿੰਗ ਦੇ ਦੌਰਾਨ। ਸੋ ਤੁਸੀਂ ਜਿਹੜਾ ਹੈ ਵਰਕ ਫਰੋਮ ਹੋਮ ਜਿਹੜਾ ਕਰ ਸਕੋਗੇ, ਮੈਂ ਤੁਹਾਡੇ ਲਈ ਲੈ ਕੇ ਆਵਾਂਗਾ। ਤੁਸੀਂ ਅਗਰ ਚਾਹੁੰਦੇ ਹੋ ਵਰਕ ਫਰੋਮ ਹੋਮ ਜੋਬਸ ਦੇ ਲਈ, ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਂ ਤੁਹਾਡੇ ਲਈ ਲੈ ਕੇ ਆਉਂਦਾ ਹੀ ਰਵਾਂਗਾ। ਸੋ ਚਲੋ ਹੁਣ ਤੁਹਾਨੂੰ ਲੈ ਚੱਲਦਾ ਜੀ ਸਭ ਤੋਂ ਪਹਿਲਾਂ ਇਸ ਰਿਕਰੂਟਮੈਂਟ ਬਾਰੇ। ਇਹਦੇ ਵਿੱਚ ਗੌਰਮੈਂਟ ਆਫ ਪੰਜਾਬ ਵੱਲੋਂ ਜਿਹੜਾ ਹੈ ਜੀ, ਇਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਇੱਕ ਨੋਟੀਫਿਕੇਸ਼ਨ ਦੇ ਰਿਲੇਟਡ ਜਿਹੜੀ ਹੈ ਅਪਡੇਟ ਆਇਆ ਹੋਇਆ, ਮੈਂ ਤੁਹਾਨੂੰ ਉਹ ਪਹਿਲਾਂ ਪੜ੍ਹ ਕੇ ਸੁਣਾ ਦਿੰਦਾ ਜੀ। ਇਹ ਤੁਸੀਂ ਦੇਖ ਪਾ ਰਹੇ ਹੋ ਜੀ, ਗੌਰਮੈਂਟ ਆਫ ਪੰਜਾਬ ਦਾ ਫੇਸਬੁੱਕ ਅਕਾਊਂਟ ਹੈ, ਜਿਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੇ ਵਾਧੇ ਨਾਲ ਨਿਪਟਣ ਲਈ ਸਰਕਾਰੀ ਮੈਡੀਕਲ ਕਾਲਜਾਂ ਵਾਸਤੇ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਦੇ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ। ਸੋ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿੱਚ ਮਿਲਟਰੀ ਹਸਪਤਾਲਾਂ ਅਤੇ PGI ਜਿਹੜੇ ਸੈਟੇਲਾਈਟ ਸੈਂਟਰ ਨੇ ਵਿੱਚ ਲੋਕਾਂ ਲਈ ਕੋਵਿਡ ਬੈੱਡ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਣਗੇ। ਹੁਣ ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਜਿਹੜੇ ਵੀ ਮੈਡੀਕਲ ਕਾਲਜਿਸ, ਸਰਕਾਰੀ ਮੈਡੀਕਲ ਕਾਲਜਿਸ ਨੇ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਬਦਲ ਦਿੱਤਾ ਜਾਏਗਾ, ਔਰ ਇਹਦੇ ਵਿੱਚ ਉਹਨਾਂ ਨੇ ਜਿਹੜੀਆਂ ਨੇ 400 ਨਰਸਾਂ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਆਊਟ ਕਰਨੀਆਂ ਨੇ। ਸੋ ਇਸ ਦੇ ਵਿੱਚ ਪਲੱਸ 140 ਟੈਕਨੀਸ਼ੀਅਨ ਵੀ ਜਿਹੜੇ ਨੇ ਰਿਕੁਆਇਰਡ ਹੋਣਗੇ, ਜਿਹੜੇ ਕਿ ਐਜ਼ ਆ ਹੈਲਪਰ ਵੀ ਕੰਮ ਕਰਨਗੇ। ਸੋ ਇਹਨਾਂ ਦੀ ਭਰਤੀ ਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜਾ ਹੈ ਜੀ, ਜਲਦ ਹੀ ਆਊਟ ਕਰ ਦਿੱਤਾ ਜਾਏਗਾ। ਤੁਸੀਂ ਜ਼ਰੂਰ ਇੱਕ ਵਾਰੀ ਚੈੱਕ ਕਰ ਲੈਣਾ, ਮੈਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰ ਦਾਂਗਾ। ਹੋ ਸਕਦਾ ਮੈਂ ਅੱਜ ਹੀ ਵੀਡੀਓ ਬਣਾਈ ਹੈ ਅਤੇ ਥੋੜ੍ਹੇ ਦੇਰ ਬਾਅਦ ਹੀ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਜਾਵੇ। ਮੈਂ ਜਿੱਦਾਂ ਹੀ ਆਊਟ ਹੋਏਗਾ ਤੁਹਾਡੇ ਲਈ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਜ਼ਰੂਰ ਆਵਾਂਗਾ। ਤੁਸੀਂ ਚੈਨਲ 'ਤੇ ਚੈੱਕ ਕਰਦੇ ਰਹਿਣਾ ਬਾਰ ਬਾਰ, ਕਿਉਂਕਿ ਜਿਹੜੇ ਰਿਕਰੂਟਮੈਂਟ ਨੋਟੀਫਿਕੇਸ਼ਨ ਹੁੰਦੇ ਨੇ, ਕਈ ਵਾਰੀ ਕੀ ਹੈ ਮੇਰੇ ਪਾਉਣ ਦੇ ਨਾਲ ਨਾਲ ਨਵੇਂ ਨੋਟੀਫਿਕੇਸ਼ਨ ਵੀ ਆ ਜਾਂਦੇ ਨੇ। ਸੋ ਮੈਂ ਨਾਲ ਦੀ ਨਾਲ ਵੀਡੀਓ ਅਪਡੇਟ ਕਰ ਦਿੰਦਾ, ਲੇਕਿਨ ਕਈ ਵਾਰੀ ਤੁਹਾਡੇ ਕੋਲ ਵੀਡੀਓ ਦਾ ਲਿੰਕ ਜਿਹੜਾ ਹੈ ਜੀ ਉਹ ਨਹੀਂ ਪਹੁੰਚ ਪਾਉਂਦਾ। ਸੋ ਤੁਸੀਂ ਜਲਦੀ ਕਰਨਾ ਅਤੇ ਚੈੱਕ ਜ਼ਰੂਰ ਕਰ ਲੈਣਾ ਇੱਕ ਵਾਰੀ ਸਾਡੇ ਚੈਨਲ ਨੂੰ ਦਿਨ ਵਿੱਚ, ਤਾਂ ਕਿ ਤੁਹਾਡੇ ਲਈ ਰਿਕਰੂਟਮੈਂਟ ਨੋਟੀਫਿਕੇਸ਼ਨ ਆਉਂਦੇ ਰਹਿਣ। ਜੇ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਜਾਂ ਤੁਹਾਡਾ ਕੋਈ ਕੁਐਸਚਨ ਹੈ, ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ, ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ। ਔਰ ਰਹੀ ਗੱਲ ਵਰਕ ਫਰੋਮ ਹੋਮ ਜਿਹੜੀ ਜੋਬਸ ਨੇ ਉਹਨਾਂ ਦੇ ਲਈ, ਤਾਂ ਮੈਂ ਤੁਹਾਡੇ ਲਈ ਲੈ ਕੇ ਆਵਾਂਗਾ, ਕਿਉਂਕਿ ਵਰਕ ਫਰੋਮ ਹੋਮ ਜਿਹੜੀਆਂ ਜੋਬਸ ਹੋਣਗੀਆਂ ਉਹ ਸਿਰਫ ਔਰ ਸਿਰਫ ਪ੍ਰਾਈਵੇਟ ਫਰਮਸ ਹੀ ਜਿਹੜੀਆਂ ਨੇ ਤੁਹਾਨੂੰ ਦੇਣਗੀਆਂ। ਔਰ ਮੈਂ ਕੋਸ਼ਿਸ਼ ਕਰਾਂਗਾ ਇੱਦਾਂ ਦੀਆਂ ਪ੍ਰਾਈਵੇਟ ਜਿਹੜੀਆਂ ਨੇ ਜਿਹੜੀਆਂ ਪੋਸਟਾਂ ਲੈ ਕੇ ਆਵਾਂ, ਜਿਨ੍ਹਾਂ ਵਿੱਚ ਤੁਸੀਂ ਘਰੋਂ ਬੈਠ ਕੇ ਕੰਮ ਕਰ ਸਕੋ, ਜਿੱਦਾਂ ਕਿ ਨੋਰਮਲ ਕਾਲ ਸੈਂਟਰਸ ਹੁੰਦੇ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਸੈਂਟਰ ਹੁੰਦੇ ਨੇ, ਉਹ ਆਪਣੇ ਜਿਹੜੀਆਂ ਨੇ ਵਰਕ ਫਰੋਮ ਹੋਮ ਕੰਮ ਦੇ ਦਿੰਦੇ ਨੇ, ਜਿਹਦੇ ਵਿੱਚ ਤੁਸੀਂ 10,000 ਤੋਂ ਲੈ ਕੇ 20,000 ਤੱਕ ਘਰ ਬੈਠੇ ਵੀ ਕਮਾ ਸਕਦੇ ਹੋ, ਜਿਹਦੇ ਨਾਲ ਤੁਹਾਡਾ ਜਿਹੜਾ ਰੋਟੀ ਪਾਣੀ ਉਹ ਚੱਲਦਾ ਰਹੇਗਾ ਜੀ। ਸੋ ਇਹ ਰੈਗੂਲਰ ਭਰਤੀਆਂ ਵੀ ਹੁੰਦੀਆਂ ਨੇ, ਜਦੋਂ ਕੋਵਿਡ ਦਾ ਜਿਹੜਾ ਸੰਕਟ ਹਟ ਜਾਏਗਾ ਫਿਰ ਤੁਸੀਂ ਰੈਗੂਲਰ ਵੀ ਕੰਮ ਕਰ ਸਕਦੇ ਹੋ ਇਹਨਾਂ ਦੇ ਉੱਤੇ। ਚਲੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।